पुलिस नूं उस वेले सफलता हासिल हुई जदों फलोर पुलिस ने दो नशा तस्करां नूं गिरफ्तार करन विच सफलता हासिल कीती। इस संबंधी प्रेस नूं जानकारी दिंदे हुए सब इंस्पैक्टर नरेंद्र सिंह थाणा मुखी ने दस्सिया कि एस आई बलजीत सिंह थाणा फिलौर ने मोहल्ला अंबेडकर गढ़ा रोड फिलौर तो मुख्तियार चंद पुत्र नसीब चंद वासी गन्ना पिंड पासों 7 ग्राम अते बब्बल वासी फिलौर पासों 4 ग्राम हेरोइन समेत गिरफ्तार करके मुकदमे 118 NDPS एक्ट थाणा फिलौर दर्ज रजिस्टर किया अते उन्हां तो मुढ़ली तफ्तीश अमल विच लिआंदी जा रही है। ਫਿਲੌਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਨੂ ਦੀ ਖਾਸ ਰਿਪੋਰਟ। ਮੁਖਤਿਆਰ ਚੰਦ ਪੁੱਤਰ ਨਸੀਬ ਚੰਦ ਵਾਸੀ ਗੰਨਾ ਪਿੰਡ ਅਤੇ ਬੱਬਲ ਪੁੱਤਰ ਨਿਰੰਜਨ ਦਾਸ ਵਾਸੀ ਰਿਸ਼ੀ ਨਗਰ ਮਹੱਲਾ ਫਲੌਰ ਇਹਨਾਂ ਫੜਿਆ ਜੀ। ਇਹਨਾਂ ਕੋਲੋਂ ਜਿਹੜਾ ਆਪਣੇ ਮੁਖਤਿਆਰ ਚੰਦ ਇਹਦੇ ਕੋਲ 7 ਗ੍ਰਾਮ ਹੈਰੋਇਨ ਆ ਅਤੇ ਜਿਹੜਾ ਬੱਬਲ ਆ ਇਹਦੇ ਕੋਲੋਂ 4 ਗ੍ਰਾਮ ਜੀ। ਇਹ ਵੇਚਣ ਦਾ ਕਾਰੋਬਾਰ ਕਰਦੇ? ਹਾਂਜੀ ਵੇਚਣ ਦਾ। ਸਰ ਫੜੇ ਕਿੱਥੋਂ ਇਹ? ਇਹ ਜੀ ਆਪਣੇ ਫਲੌਰ ਜਿਹੜਾ ਗੜਾ ਰੋਡ ਆ ਜੀ, ਅੰਬੇਦਕਰ ਨਗਰ ਰੋਡ ਫਲੌਰ ਤੋਂ। ਸਰ ਪੀਂਦੇ ਆ ਕਿ ਵੇਚਦੇ ਆ? ਪੀਂਦੇ ਵੀ ਆ ਅਤੇ ਵੇਚਦੇ ਵੀ ਆ। ਸਰ ਇਹ ਪ੍ਰੋਫੈਸ਼ਨਲ ਨੇ ਪਹਿਲਾਂ ਵੀ ਕਰ ਇਹਨਾਂ 'ਤੇ ਕੋਈ ਪਰਚਾ ਹੈਗਾ ਅਤੇ ਵੈਸੇ ਹੋਰ ਕਾਰਡ ਦੇਖਿਆ ਜਾ ਰਿਹਾ ਜੀ। ਕੀ ਕਾਰਵਾਈ ਆ? ਧੁੱਤੀ ਜਾ ਰਹੀ ਆ ਜੀ ਅਤੇ ਕਾਰਵਾਈ ਕਰ ਰਹੇ ਹਾਂ। ਪਰਚਾ ਦਰਜ ਕਰਤਾ, ਮੁਕੱਦਮਾ ਨੰਬਰ 1 ਸਾਡਾ ਹੈਗਾ ਜੀ, ਦਰਜ ਕੀਤਾ ਇਹਨਾਂ ਦੇ ਖਿਲਾਫ਼ 118 ਮਿਤੀ 27/5/22 ਅੰਡਰ ਸੈਸ਼ਨ 21 NDPS ਐਕਟ। ਕਿੱਥੋਂ ਲੈ ਕੇ ਆਉਂਦੇ ਜੀ ਸਰ? ਇਹ ਜੀ ਇੱਧਰ ਤਲਵੰਡੀ ਸਾਈਡ ਤੋਂ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।